ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਅਨਮੋਲ ਕਵਾਤਰਾ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ। ਇਸ ਬਾਰੇ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਮਨਪ੍ਰੀਤ ਸਿੰਘ ਮੱਕੜ ਨੇ ਦੱਸੋ ਸਰ ਕੀ ਜਾਣਕਾਰੀ ਹੈ। ਹਰਦੀਪ, ਇੱਦਾਂ ਵੀ ਅੱਜ ਸ਼ਾਮ ਨੂੰ ਅਨਮੋਲ ਕਵਾਤਰਾ ਜਿਹੜੇ ਇੱਕ ਐਨ ਜੀ ਓ ਚਲਾਉਂਦੇ ਨੇ, ਵੀ ਡੋਂਟ ਅਕਸੈਪਟ ਮਨੀ, ਉਹ ਮਦਦ ਕਰਦੇ ਨੇ ਜਿਹੜੇ ਹੋਸਪਿਟਲ ਦੇ ਵਿੱਚ ਲੋੜਵੰਦ ਲੋਕ ਹੁੰਦੇ ਨੇ। ਪਿਛਲੇ ਦਿਨ ਉਹਨਾਂ ਦਾ ਇੱਕ ਟਵੀਟ ਪੈ ਗਿਆ ਸੀਗਾ ਕੁਛ ਕਾਂਗਰਸੀ ਵਰਕਰਾਂ ਦੇ ਨਾਲ, ਕੌਂਸਲਰ ਦੇ ਨਾਲ, ਉਹਨਾਂ ਨਾਲ ਇਹ ਦੋਸ਼ ਸੀਗਾ ਅਤੇ ਉਹਨਾਂ 'ਤੇ ਹਮਲਾ ਵੀ ਕੀਤਾ ਗਿਆ। ਹਾਲਾਂਕਿ ਚਲੋ ਉਹ ਮਾਹੌਲ ਠੀਕ ਹੋ ਗਿਆ ਸੀਗਾ, ਪਰ ਅੱਜ ਮਾਡਲ ਟਾਊਨ ਦੀ ਹੋਸਪਿਟਲ ਦੇ ਬਾਹਰ ਕੁਛ ਲੋਕ ਉੱਥੇ ਇਕੱਠੇ ਹੋ ਗਏ, ਤਕਰੀਬਨ 100 ਦੇ ਕਰੀਬ ਉੱਥੇ ਲੋਕ ਇਕੱਠੇ ਹੋਏ ਸੀ। ਉਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਅਨਮੋਲ ਕਵਾਤਰਾ ਵੱਲੋਂ ਜਿਹੜੇ ਉੱਥੇ ਦੀਪ ਹੋਸਪਿਟਲ ਦੇ ਨੇੜੇ ਮੌਜੂਦ ਸੀ, ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਨਮੋਲ ਕਵਾਤਰਾ ਨੇ ਕਿ ਉਹਨਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਕੁਝ ਲੋਕ ਉਹਨਾਂ ਦਾ ਪਿੱਛਾ ਕਰ ਰਹੇ ਨੇ ਅਤੇ ਹਮਲਾ ਕਰਨਾ ਚਾਹੁੰਦੇ ਨੇ, ਹਮਲੇ ਦੀ ਸਾਜ਼ਿਸ਼ ਕਰ ਰਹੇ ਨੇ। ਅਤੇ ਅਨਮੋਲ ਕਵਾਤਰਾ ਇਸ ਦੌਰਾਨ ਹੀ ਇੱਕ ਜਿੰਮ ਦੇ ਵਿੱਚ, ਅਸੀਂ ਆਪਣੇ ਦਰਸ਼ਕਾਂ ਨੂੰ ਲੋਕੇਸ਼ਨ ਨਹੀਂ ਦੱਸਾਂਗੇ ਕਿਉਂਕਿ ਪੁਲਿਸ ਵੱਲੋਂ ਸਾਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਅਨਮੋਲ ਕਵਾਤਰਾ ਦੀ ਲੋਕੇਸ਼ਨ ਨਾ ਡਿਸਕਲੋਜ਼ ਕੀਤੀ ਜਾਵੇ ਕਿਉਂਕਿ ਉਹਨਾਂ ਨੂੰ ਸ਼ਾਇਦ ਕੋਈ ਸ਼ਰਾਰਤੀਆਂ ਵੱਲੋਂ ਨੁਕਸਾਨ ਪਹੁੰਚਾਇਆ ਜਾਵੇ। ਅਸੀਂ ਅਨਮੋਲ ਨਾਲ ਵੀ ਗੱਲਬਾਤ ਕਰਨੀ ਚਾਹੀ ਤਾਂ ਅਨਮੋਲ ਨੇ ਸਾਨੂੰ ਦੱਸਿਆ ਕਿ ਉਹਨਾਂ ਕੋਲ ਰਿਕਾਰਡਿੰਗਾਂ ਵੀ ਮੌਜੂਦ ਨੇ ਜਿਹਨਾਂ ਵਿੱਚ ਉਹਨਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਅੱਜ ਸ਼ਹਿਰ ਦੇ ਇੱਕ ਪੌਸ਼ ਇਲਾਕੇ ਦੇ ਵਿੱਚ ਕੁਛ ਲੋਕਾਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ। ਜਿਸ ਤੋਂ ਬਾਅਦ ਅਨਮੋਲ ਇੱਕ ਜਿੰਮ ਦੇ ਵਿੱਚ ਚਲੇ ਗਏ ਅਤੇ ਉੱਥੇ ਅੱਜ ਭਾਰੀ ਪੁਲਿਸ ਬਲ ਏ ਸੀ ਪੀ ਮਨਦੀਪ ਸਿੰਘ ਲੁਧਿਆਣਾ ਦੇ ਜਿਹੜੇ ਡੀ ਐਸ ਪੀ ਨੇ ਮਨਦੀਪ ਸਿੰਘ, ਕਾਫ਼ੀ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚੇ ਉੱਥੇ, ਜਿਨ੍ਹਾਂ ਨੇ ਅਨਮੋਲ ਕਵਾਤਰਾ ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰਵਾਈ ਅਤੇ ਆਪਣੇ ਨਾਲ ਲੈ ਗਏ। ਅਸੀਂ ਜਦੋਂ ਪੂਰੀ ਗੱਲਬਾਤ ਕਰਨੀ ਚਾਹੀ ਤਾਂ ਮਨਦੀਪ ਸਿੰਘ ਨੇ ਦੱਸਿਆ ਕਿ ਕੁਛ ਸ਼ਰਾਰਤੀ ਲੋਕਾਂ ਵੱਲੋਂ ਅਨਮੋਲ ਨੂੰ ਫੋਨ ਕੀਤੇ ਗਏ ਸੀ ਅਤੇ ਉਹਨਾਂ ਨੇ ਸੁਰੱਖਿਆ ਉਹਨਾਂ ਨੂੰ ਕਰਵਾਈ ਹੈ, ਮੁਹੱਈਆ ਕਰਵਾਈ ਹੈ ਅਨਮੋਲ ਨੂੰ ਅਤੇ ਉਹਨਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਰਹੇ ਨੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਵੀ ਅਸੀਂ ਅੱਗੇ ਵੀ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਵੀ ਉਹ ਕੌਣ ਲੋਕ ਸੀ ਅਤੇ ਅਨਮੋਲ ਨੇ ਜੋ ਸਾਨੂੰ ਦੋਸ਼ ਲਗਾਏ ਨੇ, ਜੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਸ ਨੂੰ ਵੈਰੀਫਾਈ ਕਰਨਗੇ।